ਨਾਮ ਕਿਰਪਾਲ ਸਿੰਘ ਜੀ। ਠੀਕ ਹੈ। ਸਨ ਭਾਗ ਸਿੰਘ ਜੀ। ਅਤੇ ਪਿੰਡ ਕਿਹੜਾ ਪੈਂਦਾ ਜੀ? ਮੇਹਰਨਾਥਪੁਰ। ਠੀਕ ਹੈ ਜੀ। ਅਤੇ ਜ਼ਿਲ੍ਹਾ ਜੀ? ਜ਼ਿਲ੍ਹਾ ਸੰਗਰੂਰ ਜੀ। ਅਤੇ ਬਾਕੀ ਜਿਹੜਾ ਤੁਹਾਡੇ ਹੱਥ ਦੇ ਵਿੱਚ ਆਰ ਟੀ ਪ੍ਰੋਡਕਟ ਹੈ ਜੀ, ਹਾਂਜੀ, ਕਿਹੜੀ ਫਸਲ ਦੇ ਤੁਸੀਂ ਰਿਜ਼ਲਟ? ਇਹਨੂੰ ਚੌਲਾਂ ਦੀ ਤਾਂ ਲਿਆ ਸੀ ਧਾਨ ਦੀ। ਠੀਕ ਹੈ ਜੀ। ਕਿਵੇਂ ਲੱਗੇ ਜੀ ਰਿਜ਼ਲਟ? ਬਹੁਤ ਵਧੀਆ ਰਿਜ਼ਲਟ ਰਿਹਾ ਜੀ। ਠੀਕ ਹੈ। ਥੱਲੇ ਸੀਡ ਨੂੰ ਵੀ ਲਾਈ ਤੀ ਜੀ? ਹਾਂਜੀ। ਡੀ ਏ ਪੀ ਘਟਾਇਆ ਜੀ ਕੁਛ? ਡੀ ਪੀ ਘਟਾਇਆ ਜੀ। ਯੂਰੀਆ ਜੀ? ਯੂਰੀਆ ਵੀ ਘਟਾਇਆ ਕੁਛ? ਠੀਕ ਹੈ। ਜਿਵੇਂ ਆਪਾਂ ਯੂਰੀਆ ਅਤੇ ਡੀ ਏ ਪੀ ਘਟਾਇਆ, ਕੋਈ ਇਹ ਤਾਂ ਨਹੀਂ ਫਸਲ ਨੂੰ ਘਾਟ ਲੱਗ ਰਹੀ? ਨਾ ਜੀ, ਕੋਈ ਘਾਟ ਨਹੀਂ ਹੈ। ਠੀਕ ਹੈ। ਜਿਵੇਂ ਕੋਈ ਉੱਲੀ ਰੋਗ ਆ ਜਾਂਦਾ, ਕੋਈ ਉਹ ਤਾਂ ਨਹੀਂ? ਨਾ ਜੀ, ਕੋਈ ਉੱਲੀ ਰੋਗ ਨਹੀਂ। ਛੋਟੇ ਜਿਹੇ ਫਸਲ ਦਿਖਾ ਦੇ। ਪੂਰਾ ਵਧੀਆ ਰਿਜ਼ਲਟ ਰਿਹਾ ਜੀ। ਤੇ ਬਾਕੀ ਕਿਸੇ ਫਸਲ ਦੇ ਨੂੰ ਸੁਝਾਉ ਕੀ ਦੇਣਾ ਚਾਹੀਦਾ? ਜ਼ਿਮੀਂਦਾਰਾਂ ਨੂੰ ਸੁਝਾਉ ਦੇਵਾਂਗਾ ਜੀ ਵੀ ਇਹੀ ਮਾਰਕੀ ਦੀ ਦਵਾਈ ਵਰਤਿਓ। ਠੀਕ ਹੈ। ਬਹੁਤ ਵਧੀਆ ਰਿਜ਼ਲਟ ਹੈ। ਠੀਕ ਹੈ। ਅੱਗੇ ਵਾਸਤੇ ਬਹੁਤ ਵਧੀਆ ਰਿਜ਼ਲਟ ਲੈਣ ਦੀ ਕੋਸ਼ਿਸ਼ ਕਰਿਓ। ਠੀਕ ਹੈ। ਅਤੇ ਜੇ ਇਹੋ ਜਿਹੀ ਦਵਾਈ ਇਹੋ ਜਿਹੀ ਪਾਵੋਗੇ ਤਾਂ ਵਧੀਆ ਰਿਜ਼ਲਟ। ਠੀਕ ਹੈ।